ਤਰਨਤਾਰਨ ਦੇ ਸਰਹਾਲੀ ਥਾਣੀ ਦੇ ਸਾਂਝ ਕੇਂਦਰ ਤੇ ਬੀਤੀ ਰਾਤ ਤਕਰੀਬਨ 1 ਵਜੇ ਰਾਕਟ ਲਾਂਚਰ ਨਾਲ ਹਮਲਾ ਹੋਇਆ ਹਾਲਾਂਕਿ ਇਸ ਹਮਲੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਥਾਣਾ ਸਰਹਾਲੀ ਦੀ ਇਮਾਰਤ ਨੂੰ ਨੁਕਸਾਨ ਪੁੱਜੇ ਤਰਨਤਾਰਨ ਤੋਂ ਸਾਡੇ ਨੁਮਾਇੰਦਿਆਂ ਮਤਮਰਵਾਹ ਨੇ ਦੱਸਿਆ ਕਿ ਆਰਪੀਜੀ ਅਟੈਕ ਮੰਨਿਆ ਜਾ ਰਿਹਾ ਜਿਹੜਾ ਕਾਫੀ ਸ਼ਕਤੀਸ਼ਾਲੀ ਹੈ ਅਜੇ ਅਭੀ ਮੰਨਿਆ ਜਾ ਰਿਹਾ ਕਿ ਪਹਿਲਾਂ ਇਹ ਹਮਲਾ ਕਿਤੇ ਹੋਰ ਡਿੱਗਿਆ ਮਾਫ ਕਰਨਾ ਇਹ ਲਾਂਚਰ ਕਿਤੇ ਹੋ ਡਿੱਗਿਆ ਤੇ ਮਗਰੋਂ ਇਹ ਰਾਹ ਬਦਲ ਕੇ ਥਾਣੇ ਤੇ ਡਿੱਗਿਆ ਇਸ ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਦੱਸਣ ਯੋਗ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਗੈਂਗਸਟਰ ਹਰਵਿੰਦਰ ਸਿੰਘ ਔਰ ਫਰਿੰਦਾ ਦਾ ਜੱਦੀ ਕਰ ਰਹੇ ਖੂਫੀਆ ਏਜੰਸੀਆਂ ਵੱਲੋਂ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸਿੱਧਾ ਨਾ ਵੱਜਣ ਕਰਕੇ ਇਸ ਦਾ ਅਸਰ ਘਟ ਹੋਇਆ ਹੈ ਅਜੇ ਆ ਵੀ ਮੰਨਿਆ ਜਾ ਰਿਹਾ ਹੈ ਕਿ ਮੋਹਾਲੀ ਚ ਪੰਜਾਬ ਇੰਟੈਲੀਜੈਂਸ ਦਫ਼ਤਰ ਤੇ ਹੋਏ ਹਮਲੇ ਵਰਗਾ ਹੀ ਇਹ ਹਮਲਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦਾ ਹੱਥ ਪਾਕਿਸਤਾਨ ਵਿੱਚ ਇਸ ਵਿਲੇ ਪੰਜਾਬ ਨਾਲ ਸੰਬੰਧਿਤ ਅੱਤਵਾਦੀ ਸੰਗਠਨਾ ਦੇ ਮੈਂਬਰ ਮੌਜੂਦ ਨੇ ਜਿਨ੍ਹਾਂ ਨੂੰ ਆਪਣਾ ਮੂਹਰਾ ਬਣਾ ਕੇ ਆਈਐਸਆਈ ਸਮੇਤੇ ਸਮੇ ਸਮੇਤੇ ਸੂਬੇਚ ਸਮਾਜ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦਿੰਦੀ ਰਹਿੰਦੀ ਹੈ ਘਟਨਾ ਤੋਂ ਫੌਰਨ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਸਮੇਤ ਹੋਰਨਾਗੋਮਵਲੂ ਘਟਨਾਵਲੀ ਥਾਣਾ ਦੁਆਰਾ ਕੀਤੀ ਜਾਣ ਦੀ ਸੰਭਾਵਨਾ ਹੈ